ਜਲੰਧਰ ਭਾਜੀ ਜਲੰਧਰ ਤੋਂ 2008 ਦਾ ਗੱਲ ਸੀ। ਉੱਨੀ ਸੌ 97 ਦਾ ਓਰੀਜਨਲ ਪੇਪਰ ਜੀ ਖਾਨ ਸਾਹਿਬ ਦੀ ਇੰਟਰਵਿਊ ਸੀ ਅਜੀਤ ਇਲਿਆਸ ਜੀ ਨੇ ਕੀਤੀ ਸੀ। 98 ਦੇ ਵਿੱਚ ਜੀ ਦੁਬਾਰਾ ਉਹਨਾਂ ਨੇ ਰਿਪੀਟ ਕੀਤਾ ਅਜੀਤ ਪੇਪਰ ਜੀ। ਖਾਨ ਸਾਹਿਬ ਦੀ ਵਾਈਫ ਦੀ ਇੰਟਰਵਿਊ ਹੈ ਜੀ ਅਜੀਤ ਕੋਲ, ਇਹ ਓਰੀਜਨਲ ਪੇਪਰ ਅਜੀਤ ਪੇਪਰ ਸਾਰੇ। ਔਰ ਮੁਸਤਫ ਅਲੀ ਖਾਨ ਸਾਹਿਬ ਦਾ ਘਰ ਆ ਜੀ ਮੁਹੱਲਾ ਲਸੂੜੀ ਸ਼ਾਹ ਦਰਬਾਰ। ਮੇਰਾ ਨਾਮ ਸੰਦੀਪ, ਲੋਕ ਪਿਆਰ ਸੇ ਮੁਝੇ ਸੋਨੂ ਨੁਸਰਤ ਬੁਲਾਤੇ। ਸੰਦੀਪ ਜੀ ਕਿਆ ਕਰ ਰਹੇ ਕਿ ਆਪਕਾ ਜੋ ਨਾਮ ਹੈ ਸੋਨੂ ਨੁਸਰਤ ਬੁਲਾਤੇ? ਸਰ ਮੇਰੇ ਪਾਸ ਵੋ ਖਾਨ ਸਾਹਿਬ ਕੀ ਮੈਂ ਕਲੈਕਸ਼ਨ ਕਰ ਰਹਾ ਹੂੰ 1988 ਸੇ, ਔਰ ਤਭੀ ਲੋਕ ਸੋਨੂ ਨੁਸਰਤ ਕਹਿਣੇ ਲਗੇ ਮੁਝੇ, ਔਰ ਮੁਝੇ ਵੀ ਅੱਛਾ ਲੱਗਣ ਲੱਗਾ। ਕਬ ਆਪਕਾ ਲਗਾ ਹੂਆ ਨੁਸਰਤ? ਸਰ ਖਾਨ ਸਾਹਿਬ ਕੋ ਮੈਨੇ ਸੁਨਾ 88 ਮੇਂ, ਔਰ ਉਸਕੇ ਬਾਅਦ ਸਰ 89 ਸੇ ਮੈਨੇ ਉਨਕੀ ਕਲੈਕਸ਼ਨ ਸ਼ੁਰੂ ਕਰ ਦੀ। ਅਭੀ ਤੱਕ ਆਜ ਕੀ ਬਾਤ ਕਰੋ ਤੋ ਕਿਆ ਕੁਛ ਆਪਕੇ ਪਾਸ? ਸਰ ਮੇਰੇ ਪਾਸ ਖਾਨ ਸਾਹਿਬ ਕੀ ਗਜ਼ਲੋਂ ਕਵਾਲੀਓਂ ਕੇ ਸਭੀ ਕਲੈਕਸ਼ਨ ਜੋ ਵੀ ਹਿੰਦੁਸਤਾਨ ਮੇਂ ਰਿਲੀਜ਼ ਹੋਈ ਹੈ ਵੋ ਸਭੀ ਜੋ ਪਾਕਿਸਤਾਨ ਮੇਂ ਹੈ, ਔਰ ਜਬ ਕਭੀ ਵੋ ਇੰਗਲੈਂਡ ਮੇਂ ਵੀ ਜੋ ਉਨਕੀ ਵੋ ਡੈਡ ਮੈਨ ਵਾਕਿੰਗ ਜਾਂ ਨੈਚੁਰਲ ਬੋਰਨ ਕਹਿਦਲ ਹੈ, ਦਾ ਲਾਸਟ ਟੈਂਪਲ ਜਿਹਨੂੰ ਕ੍ਰਾਈਸਟ ਹੈ ਇਹ ਇੰਗਲਿਸ਼ ਮੂਵੀ, ਇਹ ਮੇਰੇ ਪਾਸ ਹੈ। ਔਰ ਟੋਟਲ ਕਲੈਕਸ਼ਨ ਜੇ ਅਗਰ ਮੈਂ ਆਪਕੋ ਬਤਾ ਦੂੰ, ਮੇਰੇ ਪਾਸ ਕੋਈ 1700 ਕੇ ਕਰੀਬ ਕੈਸੇਟ ਹੈ VHS ਆਡੀਓ DVD ਬੁਲਾ ਕੇ। ਸਰ ਇਹ ਤਾਂ ਮੁਝੇ ਵੀ ਨਹੀਂ ਪਤਾ ਚਲਾ, ਜਬ ਜਬ ਖਾਨ ਸਾਹਿਬ ਕੋ ਸੁਣਾ ਸਭ ਉਸਮੇ ਲਗਾ ਕੋਈ ਸੱਚਾਈ ਹੈ ਖਾਨ ਸਾਹਿਬ ਮੇਂ, ਕੋਈ ਜੋ ਲਫਜ਼ ਹੈ ਸਰ ਉਸੇ ਕੋ ਉਸੀ ਤਰੀਕੇ ਸੇ ਬੋਲਣਾ, ਵੋ ਉਸੀ ਲਹਿਜੇ ਸੇ ਬੋਲਣਾ, ਔਰ ਸਰ ਉਨਕਾ ਵੋ ਇਮਾਨਦਾਰੀ, ਵੋ ਕਵਾਲੀ ਕਾ ਸਰ ਵੋ ਐਸਾ ਰੰਗ ਉਨ ਪੇ, ਵੋ ਉਨਕੀ ਜੋ ਉਨਕਾ ਜੋ ਰਿਆਜ਼ ਥਾ ਸਰ ਵੋ ਉਭਰ ਕੇ ਵੋ ਬਾਹਰ ਆਤਾ ਸਰ, ਯਹੀ ਮੁਝੇ ਅੱਛਾ ਲਗਾ ਖਾਨ ਸਾਹਿਬ ਕਾ। ਜੀ ਸਰ ਖਾਨ ਸਾਹਿਬ ਕੀ ਰਾਖ ਮੈਂ ਬਹੁਤ ਸਮੇਂ ਸੇ ਚਾਹਤਾ ਥਾ ਵੀ ਵੋ ਮੇਰੇ ਪਾਸ ਕਿਸੀ ਨਾ ਕਿਸੀ ਤਰੀਕੇ ਮੁਝੇ ਮਿਲ ਜਾਏ। ਸਰ ਮੇਰਾ ਇੱਕ ਦੋਸਤ ਹੈ ਉੱਧਰ ਸੁਫੀਆਨ ਸੁਬਾਨੀ, ਜੋ ਫੈਸਲਾਬਾਦ ਸੇ ਹੀ ਹੈ, ਖਾਨ ਸਾਹਿਬ ਕੇ ਸ਼ਹਿਰ ਸੇ ਹੀ ਹੈ, ਉਸਸੇ ਮੇਰੀ ਬਾਤ ਮੈਸੇਂਜਰ ਪੇ ਬਾਤ ਹੋਈ ਥੀ, ਵੋ ਮੈਨੇ ਉਸਕੋ ਬੋਲਾ ਥਾ ਵੀ ਆਪ ਭਾਈ ਮੁਝੇ ਅਗਰ ਵੋ ਰਾਖ ਭੇਜ ਸਕਦੇ ਹੋ, ਤੋ ਵੋ ਬੋਲਾ ਭਾਈ ਮੈਂ ਵੀ ਖਾਨ ਸਾਹਿਬ ਕਾ ਫੈਨ ਹੂੰ, ਮੇਰੇ ਪਾਸ ਰਾਖ ਪੜੀ ਹੋਈ ਹੈ ਖਾਨ ਸਾਹਿਬ ਵੀ ਕਬਰ ਕੀ, ਵੀ ਵੋ ਪੁਰਾਣੀ ਰਾਖ ਹੈ ਕਾਫੀ 15 ਸਾਲ ਪੁਰਾਣੀ, ਅਬ ਤੋ ਉਸਪੇ ਸੰਗ ਮਰਮਰ ਲਗਾ ਦਿਆ ਗਿਆ, ਅਤੇ ਜਬ ਰਿਜ਼ਵਾਨ ਮੁਅੱਜ਼ਮ ਫਤਿਹ ਅਲੀ ਖਾਨ ਸਾਹਿਬ ਇੰਡੀਆ ਆਏ, ਤਬ ਵੋ ਰਾਖ ਸੁਫੀਆਨ ਸੁਬਾਨੀ ਨੇ ਮੀਆਂ ਅਜ਼ੀਮ ਸਾਹਿਬ ਕੋ ਸਪੁਰਦ ਕੀ। ਮੀਆਂ ਅਜ਼ੀਮ ਸਾਹਿਬ ਉਨਕੇ ਸੈਕਟਰੀ ਹੈਂ, ਮੈਨੇਜਰ ਹੈਂ, ਔਰ ਯੇ ਜ਼ਰੀਆ ਇੱਕ ਬੰਦਾ ਔਰ ਬਣਾ ਗੁਲਾਮ ਅਬਾਸ ਨੋਮੀ ਸਾਹਿਬ, ਜੋ ਕਮਾਲੀਆ ਸੇ ਹੈਂ, ਜੋ ਰਿਜ਼ਵਾਨ ਮੁਅੱਜ਼ਮ ਫਤਿਹ ਅਲੀ ਖਾਨ ਸਾਹਿਬ ਕੇ ਹਰਮੋਨੀਅਮ ਵਾਦਕ ਹੈਂ। ਸੁਫੀਆਨ ਸੁਬਾਨੀ ਨੇ ਮੀਆਂ ਅਜ਼ੀਮ ਸਾਹਿਬ ਕੋ ਦੀ, ਮੀਆਂ ਅਜ਼ੀਮ ਸਾਹਿਬ ਨੇ ਗੁਲਾਮ ਅਬਾਸ ਨੋਮੀ ਕੋ ਦੀ। ਜਬ ਰਿਜ਼ਵਾਨ ਮੁਅੱਜ਼ਮ ਫਤਿਹ ਅਲੀ ਖਾਨ ਸਾਹਿਬ ਅੰਮ੍ਰਿਤਸਰ ਆਏ, ਔਰ ਵੋ ਉਹਨਾਂ ਨੇ ਮੁਝੇ ਉਨਕੀ ਰਾਖ ਦੀ, ਔਰ ਮੁਝੇ ਬਹੁਤ ਖੁਸ਼ੀ ਹੋਈ ਵੋ ਰਾਖ ਵੋ ਲੈ ਕੇ, ਮੁਝੇ ਐਸਾ ਲੱਗਾ ਕਿ ਮੈਨੇ ਖਾਨ ਸਾਹਿਬ ਸੇ ਹੀ ਮਿਲ ਲਿਆ। ਸਰ ਫੀਲਿੰਗ ਵੋ ਤੋ ਸਭੀ ਸਿੰਗਰ ਖਾਨ ਸਾਹਿਬ ਕੋ ਆਪਣਾ ਗੁਰੂ ਮਾਨਤੇ ਹੈ, ਰੂਹਾਨੀਅਤ ਤੌਰ ਪੇ ਉਨਕੋ ਮਾਨਤੇ ਹੈ, ਵੋ ਆਪਣਾ ਆਈਡੀਅਲ ਮਾਨਤੇ ਹੈ। ਲਖਵਿੰਦਰ ਵਡਾਲੀ ਜੀ ਕਾ ਤੋ ਕਹਿਣਾ ਹੈ, ਜਬ ਵੀ ਮੈਂ ਸ਼ੁਰੂ ਕਰਤਾ ਹੂੰ ਖਾਨ ਸਾਹਿਬ ਕੋ ਕੁਛ ਆਪਣਾ ਪ੍ਰੋਗਰਾਮ, ਔਰ ਮੈਂ ਖਾਨ ਸਾਹਿਬ ਕਾ ਨਾਮ ਲੈ ਕੇ ਸ਼ੁਰੂ ਕਰਤਾ ਹੂੰ, ਸਲੀਮ ਬਾਈ ਸਰ ਮਾਸਟਰ ਸਲੀਮ ਵੋ ਵੀ ਕਹਿ ਲੇ, ਮੈਂ ਤੋ 3 ਵਾਰ ਪਹਿਲੇ ਕਾਨ ਕੋ ਹੱਥ ਲਗਾਤਾ ਹੂੰ, ਫਿਰ ਨੁਸਰਤ ਸਾਹਿਬ ਕਾ ਨਾਮ ਲੇਤਾ ਹੂੰ, ਫਿਰ ਸ਼ੁਰੂ ਕਰਤਾ ਹੂੰ। ਸਲੀਮ ਮਾਸਟਰ ਸਲੀਮ ਜੀ ਵੀ ਮੇਰੇ ਸੇ ਰਾਖ ਲੈ ਕੇ ਗਏ ਹੈ, ਵਡਾਲੀ ਸਾਹਿਬ ਵੀ ਲੈ ਗਏ, ਨੂਰਾ ਸਿਸਟਰ ਵੀ ਲੈ ਗਏ, ਫਿਰੋਜ਼ ਖਾਨ ਸਾਹਿਬ ਵੀ ਲੈ ਗਏ ਹੈ, ਔਰ ਇਨਕੀ ਭਾਵਨਾ ਥੀ ਸਰ ਵੋ ਬਹੁਤ ਅਕੀਦਤ ਹੈ, ਇਨਕੀ ਸ਼ਰਧਾ ਹੈ ਖਾਨ ਸਾਹਿਬ ਕੇ ਪ੍ਰਤੀ, ਵੋ ਸਭੀ ਬੋਲੇ ਜਬ ਹਮਾਰੇ ਇੰਸਟਰੂਮੈਂਟ ਜਹਾਂ ਪੜੇ ਹੋਗੇ, ਹਮ ਖਾਨ ਸਾਹਿਬ ਕੀ ਰਾਖ ਕੋ ਵਹਾਂ ਰੱਖੇਂਗੇ, ਔਰ ਰੋਜ਼ ਹੀ ਇਨਕੋ ਸਜਦਾ ਕਰੇਂਗੇ ਉਨਕੀ ਕਬਰ ਕੀ ਮਿੱਟੀ ਕੋ। ਜੀ ਸਰ ਉਨਕੀ ਬੇਟੀ ਨਿਧਾ ਨੁਸਰਤ ਜੋ ਅੱਜ ਕੱਲ੍ਹ ਕੈਨੇਡਾ ਮੇਂ ਰਹਿ ਰਹੀ ਹੈ, ਉਨਸੇ ਮੇਰੀ ਬਾਤ ਹੋਤੀ ਰਹਿਤੀ ਹੈ, ਰਿਜ਼ਵਾਨ ਮੁਅੱਜ਼ਮ ਫਤਿਹ ਅਲੀ ਖਾਨ ਸਾਹਿਬ ਵੋ ਤੋ 3 ਵਾਰ ਮੁਝੇ ਮਿਲ ਗਏ ਹੈ, ਔਰ ਰਾਹਤ ਬਾਈ ਸੇ ਵੀ ਮੇਰੀ ਇੱਕ ਵਾਰ ਫੋਨ ਪੇ ਬਾਤ ਹੋਈ ਹੈ, ਵਜ਼ਾਹਤ ਅਲੀ ਉਨਕੇ ਛੋਟੇ ਭਾਈ ਹੈ ਰਾਹਤ ਫਤਿਹ ਅਲੀ ਖਾਨ ਸਾਹਿਬ ਕੇ, ਤਕਰੀਬਨ ਉਨਸੇ ਮੇਰੀ ਚੈਟ ਵਗੈਰਾ ਹੋਤੀ ਰਹਿਤੀ ਹੈ, ਵੋ ਮੁਝੇ ਫੋਨ ਕਰਤੇ ਹੈ, ਉਨਕਾ ਪਰਸੋਂ ਬਰਥਡੇ ਥਾ, ਮੈਨੇ ਬਰਥਡੇ ਵਿਸ਼ ਵੀ ਕੀਆ। ਸਰ ਵੋ ਬਹੁਤ ਖੁਸ਼ ਹੋਤੇ ਹੈ ਵੀ ਆਪਕਾ ਹਮਾਰੇ ਸੇ ਕੋਈ ਨਾਤਾ ਨਹੀਂ ਹੈ, ਕੋਈ ਰਿਸ਼ਤਾ ਨਹੀਂ ਹੈ, ਆਪ ਹਿੰਦੂ ਹੋ, ਹਮ ਮੁਸਲਿਮ ਹੈ, ਵੋ ਇਸ ਬਾਤ ਕੋ ਵੀ ਦੇਖਤੇ ਹੈਂ, ਆਪਨੇ ਕਲੈਕਸ਼ਨ ਕੀ ਖਾਨ ਸਾਹਿਬ ਕੀ,
और वो उनका बहुत अच्छा लगता है, क्योंकि खान साहब सर, खान साहब पहले इंसान थे। आने वाली जो पीढ़ी है और उनकी कवालियों से उनको क्या शिक्षा देने के क्या क्या सर, मैं आने वाली पीढ़ी को वो कह लेता हूँ, वो जर कुछ सच्चाई से गाएं, ईमानदारी से गाएं, अच्छी चीज गाएं, जो सब हम परिवार वाले इकट्ठे बैठ के सुन सकें, देख सकें। सर वो बंदूकों वाले, राइफलों वाले गाने ये प्लीज़, ये रिक्वेस्ट है, ये बंद कर दें। तो अभी जो खान साहब के बारे में कुछ मैगजीन में छपा, तो वो भी कलेक्शन है आपके पास, कौन कौन जी? नुसरत अली खान साहब के जिनकी उनकी बुक्स हैं, तकरीबन 8 बुक्स हैं वो मेरे पास हैं। 3 तो डॉक्टर साहब ने लिखी हैं, वो मुझे वो तीनों वो देखे गए हैं भरी भरी आके। और खान साहब के आर्टिकल सर 1994 से लेकर 2019 तक जितने आर्टिकल लगे हैं, वो हिंदी हो या पंजाबी इंग्लिश अखबार हो, वो सभी मेरे पास अखबार ओरिजिनल है, मेरे पास सभी आर्टिकल मेरे पास है। क्या नाम है आपका? मेरा नाम रितु है। रितु जी, कितने साल हो गए आपकी शादी को? 14 साल हो गए मेरी शादी को। तो जब आपकी शादी हुई तो आपका भी म्यूजिक में इंटरेस्ट था? नहीं, मेरा पहले कोई म्यूजिक में कोई इंटरेस्ट नहीं था। मेरे परिवार में पहले कोई भी म्यूजिक में इतना ध्यान नहीं देते थे। तो रितु जी, जैसे आपके हस्बैंड का आपकी शादी हुई थी संदीप जी से, लेकिन शादी के बाद आपको मिले सोनू नुसरत जी, उसके बारे में आप क्या कहना चाहोगे? शादी तो पहले मेरी संदीप जी से ही हुई थी, क्योंकि हम मेरे को इतना नहीं पता थे कि ये म्यूजिक में इतना ज़्यादा इंटरेस्टेड है। लेकिन धीरे धीरे जैसे जैसे मैंने म्यूजिक की तरफ देखा, म्यूज़िक को सुना, तो मेरे को लगने लगा कि ये सही में ही सोनू नुसरत के नाम से मशहूर है, क्योंकि इनका लगाव ही इतना ज़्यादा था इन चीज़ों में। इनके आपके पति के इस लगाव ने कभी आपके वैवाहिक जीवन पे कोई असर डाला हो? कभी इन्होंने अपनी जिम्मेवारी नाने भाइयों पर वाके ली? नहीं, ऐसा कभी भी कुछ नहीं हुआ। हर काम में मेरा पूरा सहयोग दिया, मैंने भी इनके हर काम में सहयोग दिया। जैसे इनके पास अभी जो राख है नुसरत फतेह अली साहब की, उसके कारण कोई ना कोई बड़ा सिंगर है हमें अच्छा लगता है, हम उनका तह दिल से स्वागत करते हैं। अगर कोई भी हमारे घर पे इनके फ्रेंड्स या इनके कोई भी सिंगर या कोई भी उनके रिलेटिव्स आते हैं, तो हम उनका अच्छे से स्वागत करते हैं और उनकी आवभक्त करते हैं। तो आजकल की जो आने वाली जो पीढ़ी है, उनका आजकल कवालियों में कोई इंटरेस्ट नहीं है, वो लोग वेस्टर्न कल्चर में ज्यादा थोड़े डूबे हुए, तो उनके बारे में आप क्या कहना चाहोगे? मैं यही कहना चाहूँगी कि जो पुराने सिंगर्स हैं, उनको जो उनके गानों में, उनके म्यूज़िक में जो सच्चाई है, जो वो मंतव्य देना चाहते थे, वो आजकल की जो युवा पीढ़ी है वो दे नहीं पा रही। उन्हें क्या करना चाहिए? युवा पीढ़ी को ये देखना चाहिए कि जो वो गीत गा रहे हैं या जो वो संगीत सुन रहे हैं, उनमें कुछ सच्चाई हो, कुछ ईमानदारी हो। लेकिन आजकल जो है वो ऐश परस्ती या शोशेबाजी ज़्यादा है, लेकिन ईमानदारी कहीं नहीं है।